ਜੰਮੂ ਕਸ਼ਮੀਰ ਦੇ ਗੁਰੇਜ਼ ਵਿੱਚ ਆਤੰਕਵਾਦੀਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਅੰਬਾਲਾ ਦੇ ਤੇਪਲਾ ਪਿੰਡ ਦੇ ਵਿਕਰਮਜੀਤ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇਪਲਾ ਵਿਖੇ ਪਹੁੰਚੇ। ਇੱਥੇ ਹੁੱਡਾ ਨੇ ਸ਼ਹੀਦ ਦੇ ਪਿਤਾ ਅਤੇ ਭਰਾ ਨੂੰ ਮਿਲ ਕੇ ਭਾਰਤ ਮਾਤਾ ਦੇ ਲਈ ਕੀਤੇ ਗਏ ਉਹਨਾਂ ਦੇ ਤਿਆਗ ਨੂੰ ਪ੍ਰਣਾਮ ਵੀ ਕੀਤਾ। ਜਵਾਨ ਵਿਕਰਮਜੀਤ ਜੀ ਸ਼ਹੀਦ ਹੋਏ ਹਨ ਔਰ ਇਸ ਗਾਂਵ ਮੇਂ 300 ਕੇ ਕਰੀਬ ਬੱਚੇ ਫੌਜ ਮੇਂ ਹੈ ਔਰ ਇਹ ਚੌਥਾ ਸ਼ਹੀਦ ਇਸ ਗਾਂਵ ਮੇਂ ਇਸ ਧਰਤੀ ਕੋ ਸਲਾਮ ਹੈ ਜਿਨ੍ਹਾਂ ਇਤਨੇ ਬਹਾਦੁਰ ਸੈਨਿਕ ਪੈਦਾ ਕੀਏ। ਦੇਸ਼ ਕੇ ਹਮ ਆਰਾਮ ਸੇ ਸੋਤੇ ਹੈ ਉਹ ਹਮਾਰੀ ਸੀਮਾਓਂ ਕੀ ਰਕਸ਼ਾ ਕਰਤੇ ਹੈ ਤੋ ਆਜ ਇਸ ਬਾਤ ਕਾ ਬਹੁਤ ਵੋ ਹੈ ਲੇਕਿਨ ਜਹਾਂ ਤੱਕ ਉਨਕਾ ਸਵਾਲ ਹੈ ਉਹਨਾਂ ਦੇਸ਼ ਕਾ ਨਾਮ ਉੱਚਾ ਕੀਆ ਇਸ ਬਾਤ ਕਾ ਹਮਾਰੇ ਕੋ ਸਭ ਤੇ ਸਭ ਕੋ ਗਰਵ ਹੈ ਔਰ ਹਰਿਆਣਾ ਇਸ ਚੀਜ਼ ਮੇਂ ਕਿ ਹਰ 10ਵਾਂ ਫੌਜੀ ਹਰਿਆਣੇ ਸੇ ਹੈ ਔਰ ਸਭ ਸੇ ਜ਼ਿਆਦਾ ਸ਼ਹੀਦੀ ਹਰਿਆਣੇ ਕੇ ਲੀਏ ਹਰਿਆਣੇ ਕੇ ਲੋਕੋਂ ਕੀ ਹੋਤੀ ਹੈ ਇਸ ਵਾਸਤੇ ਔਰ ਅਭੀ ਬਾਤ ਕੀ ਹੈ ਪਰਿਵਾਰਜਨ ਸੇ ਉਨਕੀ ਜੋ ਸ਼੍ਰੀਮਤੀ ਹੈ ਅਭੀ ਸ਼ਾਦੀ ਵੀ ਥੀ ਉਨਕੀ ਤੋ ਉਨਕੋ ਤੁਰੰਤ ਸਰਕਾਰ ਸੇ ਆਗ੍ਰਹ ਹੈ ਉਨਕੋ ਵੀ ਕੋਈ ਕੋਈ ਨਾ ਕਹੀਂ ਤੁਰੰਤ ਨੌਕਰੀ ਦੀ ਜਾਏ ਔਰ ਪਰਿਵਾਰ ਕੋ ਅੱਛੀ ਤਰ੍ਹਾਂ ਉਸਕੋ ਰੱਖਾ ਜਾਏ ਸਮਾਨ। ਅੰਬਾਲਾ ਤੋਂ BS ਕੁਲਿਆਰੀ ਦੀ ਰਿਪੋਰਟ, ਚੈਨਲ 2।